ਉਹ ਤੇਰੇ ਨਾਲ ਹੱਸ ਕੇ ਲਿਆ ਮੁੰਡਿਆ ਤੂੰ ਤਾਂ ਮਗਰ ਪੈ ਗਿਆ ਮੇਰੇ। ਉਹ ਤੇਰੇ ਨਾਲ ਹੱਸ ਕੇ ਲਿਆ ਮੁੰਡਿਆ ਤੂੰ ਤਾਂ ਮਗਰ ਪੈ ਗਿਆ ਮੇਰੇ। ਉਹ ਤੇਰੇ ਉੱਤੇ ਦਿਲ ਆ ਗਿਆ, ਉਹ ਤੇਰੇ ਉੱਤੇ ਦਿਲ ਆ ਗਿਆ ਤਾਈਓ ਮਾਰੀ ਦੇ ਗਲੀ ਦੇ ਵਿੱਚ ਗੇੜੇ। ਤੇਰੇ ਨਾਲ ਹੱਸ ਕੇ ਲਿਆ ਮੁੰਡਿਆ ਤੂੰ ਤਾਂ ਮਗਰ ਪੈ ਗਿਆ ਮੇਰੇ। ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ, ਜ਼ਿੰਦਗੀ 'ਚ ਸਦਾ ਹੁੰਦੀ ਜਿੱਤਣਾ। ਉੱਕ ਜਾਂਦੇ ਵੱਡੇ ਖੱਬੀ ਖਾਨ ਵੀ ਵੱਜਦੇ ਨਿਸ਼ਾਨੇ ਨਿੱਤ ਨਿੱਤਨਾ, ਪਰ ਮਿਹਨਤਾਂ ਜਿਨ੍ਹਾਂ ਨੇ ਸਦਾ ਕੀਤੀਆਂ ਕਦੇ ਉਹ ਖਿਡਾਰੀ ਹੁੰਦੇ ਚੇਤਨ। ਰੱਬ ਦੀ ਕਿਤੇ ਤੇ ਮਿਹਰ ਹੋ ਜਾਵੇ ਕੱਲ ਕਿਹੜਾ ਹੋ ਜਾਵੇ ਸਟਾਰ ਜੀ। ਅੱਜ ਜਿਹੜਾ ਘਰੇ ਵਿਹਲਾ ਬੈਠਾ ਹੈ ਫੁੱਲ ਹੋਵੇ ਉਹਦਾ ਕਾਰੋਬਾਰ ਜੀ। ਇਸੇ ਲਈ ਤਾਂ ਸੂਰਾਪੁਰੀ ਕਹਿੰਦਾ ਹੈ ਕਿਸੇ ਨੂੰ ਵੀ ਜਾਣੋ ਕਦੇ ਟਿੱਚਣਾ। ਹਾਰਾਂ ਨੂੰ ਵੀ ਸਹਿਣਾ ਸਿੱਖੋ ਦੋਸਤੋ, ਜ਼ਿੰਦਗੀ 'ਚ ਸਦਾ ਹੁੰਦੀ ਜਿੱਤਣਾ। ਜਿਹੜੀਆਂ ਚੰਗੀਆਂ ਗੱਲਾਂ ਨਾ ਇਹਨਾਂ ਨੂੰ ਤੁਸੀਂ ਵੈਬਸਾਈਟਾਂ ਤੋਂ ਚੱਕ ਸਕਦੇ ਆ। ਲੋਕਾਂ ਦੇ ਦਿਲਾਂ ਦੇ ਵਿੱਚ ਇਹ ਘਰ ਕਰ ਜਾਂਦੇ ਨੇ, ਹੈ ਨਾ। ਚੰਗੀ ਗੱਲ ਕਹਿਣ ਦਾ ਹਰੇਕ ਨੂੰ ਹੱਕ ਆ, ਹੈ ਨਾ। ਆਪਣੇ ਦਿਲ ਦੀ ਗੱਲ ਕਰਨ ਦਾ ਹਰੇਕ ਨੂੰ ਹੱਕ ਆ। ਮੇਰਾ ਖਿਆਲ ਸਰਕਾਰਾਂ ਨੂੰ ਹੋਰ ਬੜਾ ਕੁਝ ਬੈਨ ਕਰਨ ਵਾਲਾ ਪਿਆ, ਹੈ ਨਾ। ਹੋਰ ਬਹੁਤ ਕੁਝ ਬੈਨ ਕਰਨ ਵਾਲਾ, ਉੱਧਰ ਵੀ ਧਿਆਨ ਦੇਣਾ ਚਾਹੀਦਾ। ਜੇ ਕੋਈ ਚੰਗੀ ਗੱਲ ਕਰਦਾ, ਆਪਣੇ ਹੱਕ ਦੀ ਗੱਲ ਕਰਦਾ, ਮੇਰਾ ਖਿਆਲ ਇਹ ਬੈਨ ਨਹੀਂ ਹੋਣੀ ਚਾਹੀਦੀ। ਇੱਕ ਮਾਂ-ਬਾਪ ਦਾ ਜਿਹੜਾ ਇਕਲੌਤਾ ਪੁੱਤ, ਦੇਖੋ ਵਿਛੋੜਾ ਉਹਨਾਂ ਨੂੰ ਪਤਾ, ਉਹਨਾਂ ਨੇ ਜਰਨਾ, ਹੈ ਨਾ। ਅਸੀਂ ਇੱਕ ਦਿਨ, 4 ਦਿਨ, 5 ਦਿਨ ਥੋੜ੍ਹੀ ਦੇਰ ਜਾ ਕੇ ਦੁੱਖ ਵੰਡਾ ਸਕਦੇ ਹਾਂ, ਹੈ ਨਾ। ਪਰ ਮਾਂ-ਬਾਪ ਲਈ ਇੱਕ ਬਹੁਤ ਵੱਡਾ ਦੁੱਖ ਸੀ ਜਦੋਂ ਉਹਦੇ ਬਾਪੂ ਜੀ ਨੇ ਪੱਗ ਇੱਦਾਂ ਲੈ ਕੇ ਲੋਕਾਂ ਨਾਲ ਆਪਣੀ ਸਾਂਝ ਕੀਤੀ ਵੀ ਤੁਸੀਂ ਮੇਰੇ ਪੁੱਤ ਨੂੰ ਇੰਨਾ ਪਿਆਰ ਕਰਦੇ ਹੋ। ਉਹ ਸੀਨ ਦੇਖ ਕੇ ਮੈਂ ਕਹਿੰਦਾ, ਮੈਂ ਸੱਚੀ ਕਹਿੰਦਾ, ਮੈਂ ਖੁਦ ਰੋਇਆ। ਮੈਨੂੰ ਲੱਗਿਆ ਵੀ ਯਾਰ ਇਹ ਚੀਜ਼ ਕਿੱਦਾਂ, ਕਿਉਂ ਹੋਈ, ਕਾਹਤੇ ਹੋਈ, ਹੋਣੀਆਂ ਨਹੀਂ ਚਾਹੀਦੀਆਂ। ਅਜੀਤ ਵੈਬ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਬਹੁਤ-ਬਹੁਤ ਨਿੱਘਾ ਸਵਾਗਤ। ਮੈਂ ਹਾਂ ਦਵਿੰਦਰ ਸਿੰਘ। ਅੱਜ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ, ਹਾਲਾਂਕਿ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਨੇ। ਅਕਸਰ ਅਸੀਂ ਖੁਦ ਉਹਨਾਂ ਦੇ ਗੀਤ ਸੁਣ ਕੇ ਵੱਡੇ ਹੋਏ ਆ, ਪਰ ਮੈਂ ਇਹ ਵੀ ਮੈਨੂੰ ਕਹਿੰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਫਾਦਰ ਸਾਹਿਬ ਨੇ ਜਿਹੜੇ, ਉਹ ਵੀ ਉਹਨਾਂ ਨੂੰ ਬੜਾ ਪਸੰਦ ਕਰਦੇ ਸੀ। ਸਾਡੇ ਫਾਦਰ ਵੀ ਉਹਨਾਂ ਦੇ ਗੀਤ ਸੁਣਦੇ ਰਹੇ ਨੇ, ਕਿਉਂਕਿ ਮੈਂ ਕਹਾਂਗਾ ਪੰਜਾਬ ਦੀਆਂ 3 ਪੀੜ੍ਹੀਆਂ ਨੇ ਜਿਹੜੀਆਂ, ਉਹ ਇਸ ਕਲਾਕਾਰ ਦੇ, ਇਸ ਅਦਾਕਾਰ ਦੇ ਜਿਹੜੇ ਗੀਤ ਨੇ ਉਹ ਸੁਣ ਸੁਣ ਕੇ ਵੱਡੀਆਂ ਹੋਈਆਂ ਨੇ। ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਉਹਨਾਂ ਨਾਲ ਮੁਲਾਕਾਤ ਕਰਨ ਦਾ ਸਾਨੂੰ ਮੌਕਾ ਮਿਲਿਆ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਪ੍ਰਸਿੱਧ ਪੰਜਾਬੀ ਕਲਾਕਾਰ ਅਤੇ ਅਦਾਕਾਰ ਬਾਈ ਗੁਰਕਿਰਪਾਲ ਜਿਹੜੇ ਹੈਗੇ ਆ, ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਦਵਿੰਦਰ ਭਾਜੀ, ਤੁਹਾਨੂੰ ਵੀ ਤੇ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਵੇਂ ਚੱਲਦੀ ਹੈ ਭਾਜੀ ਜ਼ਿੰਦਗੀ? ਬਹੁਤ ਵਧੀਆ ਜੀ, ਬਹੁਤ ਸੋਹਣੀ ਚੜ੍ਹਦੀ ਕਲਾ। ਹਾਂਜੀ ਹਾਂ, ਠੀਕ ਠਾਕ ਮੌਜਾਂ ਹੋ ਰਹੀਆਂ। ਤੇ ਕਿਵੇਂ ਦਾ ਲੱਗ ਰਿਹਾ ਅੱਜ? ਪਹਿਲੀ ਮੁਲਾਕਾਤ ਆ ਮੇਰੀ ਖਿਆਲ ਸਾਡੀ। ਹਾਂਜੀ ਹਾਂਜੀ ਬਿਲਕੁਲ। ਤੇ ਕੀ ਲੱਗਦਾ ਹੈ? ਬਹੁਤ ਵਧੀਆ ਲੱਗ ਰਿਹਾ ਅੱਜ। ਚੰਗਾ, ਮੈਨੂੰ ਉਮੀਦ ਹੈ ਵੀ ਬਹੁਤ ਵਧੀਆ ਇੰਟਰਵਿਊ ਹੋਏਗੀ ਜੀ। ਤੇ ਸ਼ੁਰੂਆਤ ਕਰ ਲੈਂਦੇ ਆ ਭਾਜੀ। ਮੈਨੂੰ ਲੱਗਦਾ ਵੀ ਬੜਾ ਲੰਬਾ ਸਮਾਂ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਹੋ ਗਿਆ, ਤੇ ਜਿਵੇਂ ਮੈਂ ਪਹਿਲਾਂ ਹੀ ਗੱਲ ਕਰਕੇ ਟਿਆ ਕਿ ਅਸੀਂ ਖੁਦ ਤੁਹਾਡੇ ਗੀਤ ਸੁਣ ਸੁਣ ਕੇ ਵੱਡੇ ਹੋਏ ਆ, ਤੇ ਮੇਰੇ ਫਾਦਰ ਸਾਹਿਬ ਵੀ ਤੁਹਾਡੇ ਗੀਤ ਸੁਣ ਸੁਣਦੇ ਜਿਹੜੇ ਹੈਗੇ ਬੜੇ ਗੀਤ ਸੁਣੇ, ਮਤਲਬ। ਤੇ ਹੁਣ ਫਿਰ ਕਿਵੇਂ ਦਾ ਲੱਗਦਾ ਜਦੋਂ ਰਾਣਾ ਜੀ, ਜਿਵੇਂ ਕਿ ਥੱਲੇ ਆਪਾਂ ਗੱਲ ਕਰ ਰਹੇ ਸੀ ਪਹਿਲਾਂ, ਉਹ ਕਹਿੰਦੇ ਵੀ ਮੇਰੇ ਵਿਆਹ ਨੂੰ ਵੀ ਸੂਰਾਪੁਰੀ ਸਾਹਿਬ ਨੇ ਗੀਤ ਗਾਏ, ਮੇਰੇ ਮੁੰਡੇ ਦੇ ਵਿਆਹ ਨੂੰ ਵੀ ਸੂਰਾਪੁਰੀ ਸਾਹਿਬ ਨੇ ਗੀਤ ਗਾਉਣੇ। ਨਹੀਂ, ਬਹੁਤ ਚੰਗਾ ਲੱਗਦਾ। ਦਰਸ਼ਕਾਂ ਦਾ ਪਿਆਰ ਹੈ, ਮੁਹੱਬਤ ਹੈ। ਆਰਟਿਸਟ ਜਵਾਨ ਰਹਿੰਦਾ, ਜਦੋਂ ਉਹਦੇ ਗੀਤਾਂ ਨੂੰ ਪਿਆਰ ਮਿਲਦਾ, ਉਹਦੀ ਮੁਹੱਬਤ ਮਿਲਦੀ ਹੈ, ਤਾਂ ਮੇਰਾ ਖਿਆਲ ਹੈ ਵੀ ਸਮੇਂ ਦਾ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ। 91 92 ਦੇ ਸ਼ੁਰੂ ਹੋਏ ਆ ਤੇ 30 ਸਾਲ ਹੋ ਗਏ ਆ, ਤੇ ਅੱਜ ਵੀ ਇਦਾਂ ਲੱਗਦਾ ਵੀ ਅਜੇ ਬਹੁਤ ਕੁਝ ਕਰਨੇ ਵਾਲਾ ਪਿਆ। ਪਰ ਜਾ ਕੇ ਕਈ ਵਾਰੀ ਜਦੋਂ ਪ੍ਰੋਗਰਾਮ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਵੀ, ਉੱਥੇ ਜਾ ਕੇ ਕਈ ਵਾਰੀ ਪਤਾ ਲੱਗਦਾ ਵੀ ਯਾਰ ਇਹ ਬਾਪੂ ਜੀ ਦਾ ਮੈਂ ਵੀ, ਇਹਨਾਂ ਦਾ ਵੀ ਵਿਆਹ ਕੀਤਾ ਸੀ ਤੇ ਹੁਣ ਮੁੰਡੇ ਦਾ ਵੀ। ਸੋ ਖੁਸ਼ੀ ਵੀ ਬਹੁਤ ਮਹਿਸੂਸ ਹੁੰਦੀ ਆ। ਸੋ ਹਮੇਸ਼ਾ ਇਦਾਂ ਹੀ ਪਿਆਰ ਕਰਦੇ ਰਹੋ, ਮੁਹੱਬਤ ਕਰਦੇ ਰਹੋ। ਤੁਹਾਡੇ ਚਾਹਣ ਵਾਲੇ ਇਹ ਜਾਣਨ ਲਈ ਬੜੇ ਬੇਤਾਬ ਨੇ ਕਿ ਸੂਰਾਪੁਰੀ ਸਾਹਿਬ ਦੇ ਹੁਣ ਕਿਹੜੇ-ਕਿਹੜੇ ਗੀਤ ਨੇ ਜਿਹੜੇ ਆਉਣੇ ਵਾਲੇ ਸਮੇਂ 'ਚ ਉਹਨਾਂ ਨੂੰ ਦੇਖਣ ਨੂੰ ਮਿਲਣਗੇ? ਦੇਖੋ ਦਵਿੰਦਰ ਜੀ, ਵੈਡਿੰਗ ਸੀਜ਼ਨ ਅੱਗੇ ਸ਼ੁਰੂ ਹੋਣ ਵਾਲਾ। ਮੈਂ ਜ਼ਿਆਦਾਤਰ ਪ੍ਰੋਗਰਾਮ ਵਿਆਹਾਂ ਦੇ ਹੀ ਕਰਦਾ, ਹੈ ਨਾ। ਸੋ ਬਹੁਤ ਸਾਰੇ ਗੀਤ ਤਿਆਰ ਕੀਤੇ ਪਏ ਨੇ, ਤੇ ਕਈ ਮਜਬੂਰੀਆਂ ਨੇ ਵੀ ਅਜੇ ਮੈਂ ਕਈ ਦੱਸ ਨਹੀਂ ਸਕਦਾ, ਹੈ ਨਾ। ਕੰਪਨੀਜ਼ ਨੇ, ਜਦੋਂ ਪ੍ਰਮੋਟ ਹੋਣਗੇ ਤਾਂ ਗੀਤ ਜ਼ਰੂਰ। ਹਾਂ, ਡਾਂਸਿੰਗ ਨੰਬਰ ਨੇ, ਤੇ ਜਲਦੀ ਸਤੰਬਰ ਦੇ ਅਖੀਰ ਤੱਕ ਅਸੀਂ ਉਹ ਗੀਤ ਜ਼ਰੂਰ। ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਦਰਸ਼ਕ ਜਿਹੜੇ ਤੁਹਾਨੂੰ ਚਾਹਣੇ ਵਾਲੇ ਜਿਹੜੇ ਸਰੋਤੇ ਆ, ਉਹ ਵਿਆਹਾਂ ਦੇ ਉੱਤੇ ਡੀਜਿਆਂ ਦੇ ਉੱਤੇ ਤੁਹਾਡੇ ਗੀਤ ਲਗਾ ਕੇ ਨੱਚਣ ਲਈ ਤਿਆਰ ਨੇ। ਬਿਲਕੁਲ ਜੀ ਬਿਲਕੁਲ, ਪ੍ਰੋਗਰਾਮ ਵੀ ਕਰਾਂਗੇ ਜੀ। ਤੇ ਹੁਣ ਮੈਨੂੰ ਲੱਗਦਾ ਕਿ ਹੁਣ ਜਿਹੜੀ ਵੀ ਅਸੀਂ ਕਿਸੇ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਦੇ ਆ, ਜਾਂ ਅਸੀਂ ਕੋਈ ਵੀ ਕਲਾਕਾਰ ਕਿਸੇ ਸ਼ੋਅ ਤੇ ਜਾਂਦਾ, ਟਿੱਬਿਆਂ ਦੇ ਪੁੱਤ ਦੀ ਜੇਕਰ ਗੱਲ ਨਾ ਹੋਵੇ ਤਾਂ ਉਹ ਸ਼ੋਅ ਤੇ ਉਹ ਜਿਹੜੀ ਇੰਟਰਵਿਊ ਹੈ ਉਹ ਅਧੂਰੀ ਮੰਨੀ ਜਾਂਦੀ ਹੈ। ਮੈਂ ਗੱਲ ਕਰ ਰਿਹਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜੀ। ਤੇ ਮੈਂ ਇੱਕ ਤੁਹਾਡਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ जिहदे विच कुछ राजस्थानी जिहड़े संगीतकार ने वो सिद्धू मूसेवाला दा 295 जिहड़ा गीत सी बड़ा मकबूल होया है, ਉਹਦੇ ਉੱਤੇ ਉਹਦੀ ਧੁਨਾਂ ਦੇ ਉੱਤੇ ਜਿਹੜੇ ਹੈਗੇ ਆ ਉਹਨੂੰ ਪੇਸ਼ ਕਰਦੇ ਨਜ਼ਰ ਆਉਂਦੇ ਆ। ਤੇ ਤੁਸੀਂ ਮੇਰੇ ਖਿਆਲ ਉਹ ਜ਼ਿਕਰ ਜੇ ਸਾਂਝਾ ਕਰੋ ਤੇ ਕਿੱਥੇ ਦੀ ਵੀਡੀਓ ਹੈ? ਬਿਲਕੁਲ, ਮੈਂ ਫੈਮਿਲੀ ਦੇ ਨਾਲ ਸੈਕਟਰ 17 ਜਾ ਰਿਹਾ ਸੀਗਾ ਜੀ ਤੇ ਅਚਾਨਕ ਹੀ ਮੈਨੂੰ ਨਾ ਹੁਣ ਜਿੱਦਾਂ ਸੰਗੀਤ ਦਾ ਜਿਹਨੂੰ ਪਿਆਰ ਹੈਗਾ ਮੈਨੂੰ ਸਾਜ਼ ਪਿੱਛੇ ਕੁਝ ਲੱਗਿਆ ਵੱਜਦਾ। ਮੈਂ ਕਿਹਾ ਸ਼ਾਇਦ ਕੋਈ ਵਾਇਲਨ ਦੇ ਨਾਲ ਕੋਈ ਬੰਦਾ ਵਜਾ ਰਿਹਾ ਤੇ मैं पिछे मुड़ के दूजी साइड दरख्त के कोल देखिया तो राजस्थान का जिहड़ा वो लोक साज सी ते ओनू लैके ओहदा ट्राई कर रहे सी सिद्धू मूसेवाले गीत दा भी 295 वाला। मैनू बड़ा चंगा लग्या, मैं जाके कोल उन्होंने कहा, मैं कहा यार तुसी आ गीत थानू पता किहदा? कहंदा हाँ जी सिद्धू मूसेवाले का गीत है जी, हमें बहुत अच्छे लगते थे। तो मैं कहा यार बजा के दिखाओ। उन्होंने बजाया और बड़ा चंगा लग्या। वो कहंदे असीं श्रद्धांजली दे तौर ते गीत वजाउणा ते मैनूं अपने दिल नूं चीज़ टुंबी। तो फिर मैं ओहदी बेटे ने मेरे ने वीडियो बनाई तो असीं वीडियो मैं अपनी साइट ते पाई तो वो बहुत लोगों ने पसंद कीती। इदां लगदा सी भी ये आर्टिस्ट ये सिद्धू मूसेवाला वीर साडा ते सदा लोगों के दिलों के विच रहेगा। हाँ जी, मूसे पिंड उन्हां दा जिहड़ा स्टैचू सीगा वो उत्थे लगाया गया तो उन्हां दे माँ बाप ने भी यही गल कही है कि भावें साडे पुत नूं तुसीं ਜਿਹੜਾ ਹੈਗਾ ਸਰੀਰਕ ਤੌਰ ਤੇ ਮਾਰ ਦਿੱਤਾ ਪਰ ਲੋਕਾਂ ਦੇ ਦਿਲਾਂ ਚੋਂ ਤੁਹਾਡੇ ਖਤਮ ਕਰਨਾ ਉਹਨਾਂ ਸੰਭਵ ਹੈ। ਬਹੁਤ ਹੈ ਜੀ ਆਰਟਿਸਟ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਲੈਂਦਾ ਨਾ ਉਹ ਆਰਟਿਸਟ ਕਦੇ ਨਹੀਂ ਮਰਦਾ, ਉਹ ਅਮਰ ਹੋ ਜਾਂਦਾ ਹੈ ਨਾ। ਸੋ ਬੜੀ ਦੁੱਖ ਦੀ ਗੱਲ ਹੋਈ ਆ ਉਹਦਾ ਵੀ ਇਹ ਦਿਨ ਦਿਹਾੜੇ ਇਦਾਂ ਦਾ ਕਤਲ ਹੋਇਆ। ਇੱਕ ਮਾਂ-ਬਾਪ ਦਾ ਜਿਹੜਾ ਇਕਲੌਤਾ ਪੁੱਤ ਦੇਖੋ ਵਿਛੋੜਾ ਉਹਨਾਂ ਨੂੰ ਪਤਾ, ਉਹਨਾਂ ਨੇ ਜਰਨਾ ਹੈ ਨਾ। ਅਸੀਂ ਇੱਕ ਦਿਨ 4 ਦਿਨ 5 ਦਿਨ ਥੋੜੀ ਦੇਰ ਜਾ ਕੇ ਦੁੱਖ ਵੰਡਾ ਸਕਦੇ ਹਾਂ ਹੈ ਨਾ पर माँ बाप लिए एक बहुत बड़ा दुख सी। जदों बापू जी ने पग इदां लैके लोकां नाल अपनी सांझ कीती भी तुसीं मेरे पुत्त नूं इन्ना प्यार करदे हो, वो सीन देख के मैं कहना, मैं सच्ची कहना मैं खुद रोया। मैनूं लग्या भी यार ये चीज़ किद्दां क्यों होई, काहते होई, होणियां नहीं चाहिदियां। क्योंकि सिद्धू मूसेवाला दे सोशल मीडिया अकाउंट दे उत्ते उन्हां दी टीम वल्लों कुछ दिन पहलां ही एक बड़ी खूबसूरत मैं कह सकदा तस्वीर सांझी कीती गई जिहदे विच सिद्धू मूसेवाला अपने पिओ दी हिक दे उत्ते सिर रख के ओहदे विच ਉਹ ਸਪਸ਼ਟ ਨਜ਼ਰ ਆਉਂਦਾ ਕਿ ਇਸ ਉਮਰ ਦੇ ਵਿੱਚ ਵੀ ਉਸ ਪੁੱਤ ਦਾ ਆਪਣੇ ਪਿਓ ਦੇ ਨਾਲ ਲਾਡ ਉਹ ਦਿਖਾਵਾ ਨਹੀਂ ਸੀ, ਉਹ ਲੱਗ ਰਿਹਾ ਸੀ ਵੀ ਬਾਕੀ ਜਿੱਦਾਂ ਸਿੱਧੂ ਵੀਰ ਇੰਟਰਵਿਊਆਂ ਦੇ ਵਿੱਚ ਵੀ ਮੈਂ ਸੁਣਿਆ ਹਨਾ ਵੀ ਆਪਣੇ ਬਾਪੂ ਨੂੰ ਪਿਆਰ ਕਰਦੇ ਆ ਸ਼ੋਆਂ ਤੇ ਵੀ ਨਾਲ ਲੈ ਕੇ ਜਾਂਦੇ ਸੀ। ਬਿਲਕੁਲ ਹਨਾ। ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਪੰਜਾਬੀ ਸੰਗੀਤਕ ਇੰਡਸਟਰੀ ਦੇ ਵਿੱਚ ਕਲਾਕਾਰਾਂ ਨੂੰ ਜਾਂ ਗੀਤਕਾਰ ਜਿਹੜੇ ਗੀਤ ਲਿਖਦੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਗੀਤਾਂ ਦੀ ਲੋੜ ਹੈ? ਨੌਜਵਾਨੀ ਨੂੰ किस तरह के हुण पंजाब की चाहुंदा है? पंजाब के मुद्दों की गल SVL गीत सिद्धू मूसेवाला का आउंदा है पर मेरे ख्याल भारत सरकार वालों 2 दिन बाद ही बैन कर दिता जाता है। रिहाई गीत करवर गरेवाल का आउंदा है उन्होंने भी बैन कर दिता जाता है। किवें देखते हो? देखो तुसी जिहड़ियां चंगीआं गल्लां ना इन्हां नूं तुसी वैबसाइटां तों चक सकदे आ, लोकां दे दिलां दे विच घर कर जांदे ने है ना। चंगी गल कहण दा हरेक नूं हक आ है ना, अपने दिल की गल करन दा हरेक नूं हक आ। मेरा ख्याल सरकारां नूं होर बड़ा कुछ बैन करन वाला पिया है ना, होर बहुत कुछ बैन करन वाला, उधर भी ध्यान देना चाहिए। जे कोई चंगी गल करदा अपने हक की गल करदा मेरा ख्याल है बैन नहीं होनी चाहिए क्योंकि अपने हक रखण दा जिहड़ा हक है वो सानू संविधान दिंदा, सानू संविधान दिंदा बोलण दा, खुल के बोलण दा। समझो उहदे च कुछ अश्लीलता नहीं हैगी, बिल्कुल वो तां अपने हक की गल कर रहा है। तो वो मेरा ख्याल है भी उहदी डिस्कशनस होनी चाहिए आ, उत्ते डिबेट होने चाहिए ने, ना कि उन्होंने बंद करके इदा कुछ नहीं होना क्योंकि ये डीमोटिवेट करने वाली गल होगी ना। जे क्योंकि गीत एक गीत नूं बनाउण लई बड़ी मेहनत जिहड़ी कलाकार दी ओह लगी हुंदी है, संगीत बनाने वाले होर टीम भी बहुत ओह इन्ने महीनों बद्धी मेहनत करके एक गीत तैयार करते हैं। उस तो बाद जेकर वो एक दिन रिलीज़ होंदी सारे गीत उहदा बैन हो जाए तो उस तो ज़्यादा नमोशी मेरे ख्याल कलाकार लई नहीं। हाँ जी, हाँ जी, बड़ी देखो एक आर्टिस्ट का फर्ज है कि वो हर तरह के गीत समाज को सेध देने वाले एंटरटेनमेंट वाले है ना, हर तरह के गीत उन्होंने देने चाहिए ने। अगे कैस्टा का योग सीगा, उहदे च 8-8 गीत इकट्ठे आउंदे सी, हर फ्लेवर का आ जांदा सी। ते हुण क्योंकि 1-2 गीत करते हैं मुंडे, कई बारी चंगे गीत अलोप भी हो रहे हैं, वो आने जरूरी ने। की लगता है कंट्रोवर्सियां च रहना पसंद करते अजकल के कलाकार? तुसीं सीनियर हो, मैं तां तुहानूं इह सवाल कर रहा कि ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਸਾਰੇ ਤੁਹਾਨੂੰ ਵੀ ਆਦਰਸ਼ ਮੰਨਦੇ ਆ, ਆਪਣਾ ਫੋਲੋ ਕਰਦੇ ਆ ਤੁਹਾਨੂੰ, ਤੇ ਮੈਨੂੰ ਲੱਗਦਾ ਵੀ ਤੁਸੀਂ ਜੇਕਰ ਕੋਈ ਮੈਸੇਜ ਦੇਣਾ ਚਾਹੋ ਕਿ ਕੰਟਰੋਵਰਸੀਆਂ 'ਚ ਰਹਿਣਾ ਪਸੰਦ ਕਰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਕੰਟਰੋਵਰਸੀਆਂ 'ਚ ਰਹਿ ਕੇ ਅਸੀਂ ਮਕਬੂਲ ਛੇਤੀ ਹੋ ਜਾਾਂਗੇ ਜਾਂ ਪ੍ਰਸਿੱਧ ਛੇਤੀ ਹੋ ਜਾਾਂਗੇ। ਨਹੀਂ ਦੇਖੋ ਦਵਿੰਦਰ ਜੀ ਗੱਲ ਇਦਾਂ ਮੈਂ ਸਾਨੂੰ ਹੁਣ ਸਕੂਲਾਂ ਤੋਂ ਦੱਸਿਆ ਵੀ ਇੰਨੇ ਸਾਲ ਹੋ ਗਏ ਨੇ ਤੇ ਇੱਕ ਇਹ ਨਵਾਂ ਸਟਾਈਲ ਦੇਖੋ ਵੈਸੇ ਕੋਈ ਅਚਾਨਕ ਕੋਈ ਗੱਲ ਹੋ ਜਾਵੇ ਫਿਰ ਤਾਂ ਵੱਖਰੀ ਗੱਲ ਆ ਨਾ क्रिएट करके जी वो चीज़ देनी आ वो सोशल मीडिया तो फिर बच्चों पर भी गलत प्रभाव पैंदा वो नहीं होना चाहिए। लड़ाई झगड़े तो सारे असी चाहते भी मुल्कों च ना हो सारे प्यार मुहब्बत के नाल रहण। आर्टिस्टां दा फर्ज है एंटरटेनमेंट उन्होंने खुश रखना चंगे गीत लैके आने भंगड़े पहुंचाओ नचाओ सारे है ना। सो मेरा ख्याल है भी इदां नहीं होना भाईचारक सांझ की गल होनी चाहिए। हाँ बिल्कुल क्योंकि अक्सर असीं देखते हैं कलाकार तो एक दूसरे को गीतों राही रिप्लाई कर देंगे है पर फैनस ने जिहड़े वो लड़ते नजर आते सड़कों पर लड़ते नहीं नहीं हुण दा ट्रेंड हो गया जी तो ये नहीं चाहिए बहुतियां चीज़ां पता कि वो फिर उदां दे मैसेज आउण लग जांदे आ उदां दे थल्ले कमेंट आउंदे ने वो चीज़ां खराब कर वो मैं ना सोशल मीडिया के उत्ते असीं अक्सर जदों झाती मारदे आ ना तो सानूं किते ना किते तेरे नाल हस की लिया मुंडिया तू तां मगर पै गया मेरे वो ਤੁਹਾਡਾ बड़ा मकबूल गीत सी हालांकि कई ਮੈਨੂੰ ਲੱਗਦਾ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਹੋ ਗਿਆ ਉਸ ਗੀਤ ਨੂੰ ਆਏ ਹੋਏ। मैं ਚਾਹਾਂਗਾ ਦੋ ਬੋਲ ਸੁਣਾ ਦਿਓ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਉਹ ਨਜ਼ਰ ਉਹ ਬੜਾ ਮੈਨੂੰ ਚੰਗਾ ਲੱਗਦਾ ਦਰਸ਼ਕ ਅਜੇ ਵੀ ਬਹੁਤ ਪਿਆਰ ਰੀਲਸ ਦਾ ਟ੍ਰੈਂਡ ਜਿਹੜੇ ਬਿਲਕੁਲ ਬਿਲਕੁਲ ਇੰਸਟਾਗ੍ਰam ਤੇ ਰੀਲਸ ਜਿਹੜੀਆਂ ਰੀਲਸ ਦਾ ਚਲੋ ਮੈਂ ਜ਼ਰੂਰ ਤੁਹਾਨੂੰ ਗਾਣਾ ਸੁਣਾਉਂਦਾ। ਉਹ ਤੇਰੇ ਨਾਲ ਹੱਸ ਕੇ ਲਿਆ ਮੁੰਡਿਆ ਤੂੰ ਤਾਂ ਮਗਰ ਪੈ ਗਿਆ ਮੇਰੇ ਉਹ ਤੇਰੇ ਨਾਲ ਹੱਸ ਕੇ ਲਿਆ ਮੁੰਡਿਆ ਤੂੰ ਤਾਂ ਮਗਰ ਪੈ ਗਿਆ ਮੇਰੇ ओ तेरे उत्ते दिल आ गया ओ तेरे उत्ते दिल आ गया ताइयों मारी दे गली दे विच गेड़े तेरे नाल हस के लिया मुंडिया तू तां मगर पै गया मेरे। बहुत बहुत धन्नवाद। इस गीत नूं मैं जदों सोशल मीडिया ते देखिया ना मैनूं याद सी मैं छोटा जिहा हुंदा सी जदों मैं गीत सुनिया सी ते ओ रील्स दा ट्रेंड अजकल चलदा तां मैं देखिया कि सोशल मीडिया दे उत्ते ये गीत मुड़ तो बड़ा वायरल होना शुरू होया एकदम ही तो हुण भी वायरल हो रहा तो मैं क्या भी मुलाकात तो हो रही है मैं गीत जरूर सुनांगा। थैंक यू बहुत क्योंकि मैनू भी निजी तौर पर गीत बड़ा पसंद है। तो हुण गीत कर रहे हो बैक टू बैक शोज भी कर रहे हो फिल्मों बारे की विचार? फिल्मों का जी मैनू मैं देखो दविंदर जी दिल करता ही होंगे हर आर्टिस्ट का भी चलो नवा फील्ड के आवे तो पर मैनू कोई चंगी मूवी ज मेरे मैनू सूट करता करैक्टर नहीं सी मिलिया। अपना रविंद्र गरेवाल वीर ने मैनू एक 15 लाख कदों आऊगा वो एक इंस्पैक्टर का रोल दिता सी और दर्शकों ने बहुत पसंद किया तो जिमें जिमें कोई चंगा मिलूगा मैं करूँगा जरूर। किस तरह की स्टोरी चाहते किस तरह की फिल्म का हिस्सा? देखो मैनू इदा का कुछ नहीं मैं जो हल्का फुल्का एंटरटेनमेंट होता ना ਉਹਦੇ ਵਿੱਚ ਕੀ ਹੈ ਤੁਸੀਂ ਕਾਮੇਡੀ ਵੀ ਕਰ ਸਕਦੇ ਹੋ ਜਾਂ ਕੋਈ ਚੰਗਾ ਰੋਲ ਜਿਹੜੀ ਤੁਹਾਡੀ ਦੇਖ ਨੂੰ ਸੂਟ ਕਰਦਾ ਹੋਵੇ ਹੈ ਨਾ ਤੇ ਉਹ ਜੇ ਮਿਲ ਗਿਆ ਜ਼ਰੂਰ ਕਰੂੰਗਾ ਜੀ। ਮਤਲਬ ਜਲਦ ਹੁਣ ਫਿਲਮਾਂ 'ਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਨਜ਼ਰ ਆਵੋਗੇ। ਨਹੀਂ ਰੱਬ ਨੇ ਚਾਹਿਆ ਦਰਸ਼ਕਾਂ ਦਾ ਪਿਆਰ ਇਦਾਂ ਹੀ ਮਿਲਦਾ ਰਿਹਾ ਤਾਂ ਜ਼ਰੂਰ ਕਰਾਂਗੇ। ਤੇ ਜਾਂਦੇ ਜਾਂਦੇ ਮੈਂ ਚਾਹਾਂਗਾ ਕਿ ਦਰਸ਼ਕਾਂ ਦੇ ਲਈ ਇੱਕ ਮੈਸੇਜ ਜ਼ਰੂਰ ਸਾਂਝਾ ਕਰੋ। ਮੈਂ ਮੇਰਾ ਹਮੇਸ਼ਾ ਮੈਂ ਗੀਤ ਜਿੱਦਾਂ ਦੇ ਵੀ ਹੈਗੇ ਨਾ ਉਹ ਚਾਹੇ ਉਹ ਸੈਡ ਹੋਣ ਚਾਹੇ ਰੋਮਾਂਟਿਕ ਹੋਣ है ना मेरी शब्दावली मैं कोशिश करता हूँ ना परिवार दे विच देखण लई जां सुणन लई वो जरूर चाहिए ने है ना। सो मैं एक मेरा गीत सीगा गिप्पी गरेवाल वीर ने भी गाया सीगा भी जिंदगी दे विच ना जे जित्तां दियां तुसीं खुशियां मनाउने आ तां हार नूं भी सहण दा जज्बा जरूर तुहाडे च होना चाहिए क्योंकि डिग के जिहड़े सवार होंदे ने वो गीत सीगा भी हारा नूं भी सहना सिखो दोस्तो जिंदगी च सदा हुंदी जित ना उक जांदे वड्डे खब्बी खान भी वजदे निशाने नित नित ना पर मेहनतां जिन्हां ने सदा कीतियां कदे ओह खिडारी हुंदे चेतन रब दी किदे ते मेहर हो जावे कल केड़ा हो जावे स्टार जी अज जिहड़ा घरे वेला बैठा है फुल होवे ओहदा कारोबार जी इसे लई तां सूरापुरी कहंदा है किसे नूं भी जाणो कदे टिच ना हारा नूं भी सहना सिखो दोस्तो जिंदगी च सदा हुंदी ਜਿੱਤਣਾ क्योंकि ਅੱਜ ਦੇ ਬੱਚੇ बहुत जल्दी स्ट्रेस ले ਲੈਂਦੇ ਨੇ ਈਜ਼ੀ ਵੇ ਦੇ ਨਾਲ ਅੱਗੇ ਜਾਣਾ ਚਾਹੁੰਦੇ ਨੇ ਸ਼ਾਰਟਕਟ ਪਰ ਕੋਈ ਵੀ ਆਪਾਂ ਸਾਈਕਲ ਵੀ ਸਿੱਖਦੇ ਆ 10 ਵਾਰੀ ਪਹਿਲਾਂ ਡਿੱਗਦੇ ਆ ਸੱਟਾਂ ਲਵਾਉਂਦੇ ਆ ਜ਼ਿੰਦਗੀ ਵੀ ਇਹੀ ਆ ਇੱਕ ਰੱਸੀ ਤੇ ਤੁਰਨ ਵਾਲੀ ਗੱਲ ਹੁੰਦੀ ਆ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹੈ ਨਾ ਤੇ ਇਹ ਖਿਆਲ ਰੱਖਣਾ ਚਾਹੀਦਾ ਸਟ੍ਰੈਸ ਨਹੀਂ ਲੈਣਾ ਚਾਹੀਦਾ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਆ ਤਾਂ ਉਹਨੂੰ ਇੰਜੋਏ ਕਰਕੇ ਮਿਹਨਤਾਂ ਕਰਕੇ ਜੀਣਾ ਚਾਹੀਦਾ ਜੀ। बहुत बहुत धन्नवाद। सो ये सन गुरकिरपाल सुरापुरी जिन्होंने तुसी अक्सर टीवी दे उत्ते सोशल मीडिया दे उत्ते ते होर प्लेटफॉर्मां दे उत्ते देखते रहने हो। मैं उम्मीद करदा तुहानूं अज दी ये मुलाकात पसंद आई होवेगी। अपणियां राय टिप्पणियां जिहड़ियां ने वो जरूर कमेंट बॉक्स दे विच सांझियां करियो। तद तक लई मैनूं दिओ इजाज़त। सत श्री अकाल। देश दुनिया ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। यूट्यूब के उत्ते वीडियो खबर देखने के लिए हुणे सबसक्राइब करो अजीत का ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम के उत्ते भी उपलब्ध है। ट्विटर के उत्ते खबरां दे लई फॉलो करो डेली अजीत ते इंस्टाग्राम के उत्ते खबरां दे नाल नाल वीडियो देखने के लिए फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी के उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।